ਮੈਡੀਕਲ ਜਨਰਲ ਲੈਂਸਟ ਦੀ ਤਾਜ਼ਾ ਰਿਪੋਰਟ ਮੁਤਾਬਕ ਦੁਨੀਆ ਭਰ ਵਿੱਚ ਪ੍ਰੋਸਟੇਟ ਕੈਂਸਰ ਦੇ ਮਾਮਲਿਆਂ ਵਿੱਚ ਵਾਧਾ ਹੋਵੇਗਾ। ਰਿਪੋਰਟ ਮੁਤਾਬਕ ਸਾਲ 2020 ਵਿੱਚ ਪ੍ਰੋਸਟੇਟ ਕੈਂਸਰ ਦੇ ਨਵੇਂ ਮਾਮਲੇ 14 ਲੱਖ ਸਨ, ਜੋ ਸਾਲ 2040 ਵਿੱਚ ਵੱਧ ਕੇ 29 ਲੱਖ ਹੋ ਜਾਣਗੇ। 112 ਦੇਸ਼ਾਂ ਵਿੱਚ ਮਰਦਾਂ ਵਿੱਚ ਇਹ ਇੱਕ ਆਮ ਕੈਂਸਰ ਹੈ ਅਤੇ ਕੁੱਲ ਕੈਂਸਰ ਦੇ ਕੇਸਾਂ ਵਿੱਚੋਂ 15% ਪ੍ਰੋਸਟੇਟ ਕੈਂਸਰ ਹਨ। ਮਰਦਾਂ ਵਿੱਚ ਕੈਂਸਰ ਕਾਰਨ ਮੌਤ ਦਾ ਇਹ 5ਵਾਂ ਵੱਡਾ ਕਾਰਨ ਹੈ। ਸਾਲ 2020 ਵਿੱਚ ਪ੍ਰੋਸਟੇਟ ਕੈਂਸਰ ਨਾਲ ਦੁਨੀਆ ਭਰ ਵਿੱਚ 3,75,000 ਮਰਦਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ। 2040 ਤੱਕ ਇਹ ਮੌਤਾਂ 85% ਵੱਧ ਜਾਣਗੀਆਂ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਪ੍ਰੋਸਟੇਟ ਕੈਂਸਰ ਕੁੱਲ ਕੈਂਸਰ ਦੇ ਕੇਸਾਂ ਦਾ 3% ਹਿੱਸਾ ਹੈ ਅਤੇ ਹਰ ਸਾਲ 33,000 ਤੋਂ 42,000 ਕੈਂਸਰ ਦੇ ਨਵੇਂ ਕੇਸ ਸਾਹਮਣੇ ਆਉਂਦੇ ਨੇ। ਗਦੂਦਾ ਜਾਂ ਪ੍ਰੋਸਟੇਟ ਮਰਦ ਪ੍ਰਜਨਨ ਪ੍ਰਣਾਲੀ ਦਾ ਹਿੱਸਾ ਹੈ ਅਤੇ ਪਿਸ਼ਾਬ ਥੈਲੀ ਯਾਨੀ ਬਲੈਡਰ ਦੇ ਹੇਠਾਂ ਹੁੰਦੀਆਂ ਹਨ। ਡਾਕਟਰਾਂ ਦਾ ਕਹਿਣਾ ਹੈ ਕਿ 45 ਤੋਂ 50 ਸਾਲ ਦੀ ਉਮਰ ਤੋਂ ਬਾਅਦ ਮਰਦਾਂ ਵਿੱਚ ਪ੍ਰੋਸਟੇਟ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੁੰਦੀਆਂ ਨੇ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਇਹ ਕੈਂਸਰ ਹੀ ਹੋਵੇ। ਅਜਿਹਾ ਵੀ ਨਹੀਂ ਹੈ ਕਿ ਹਰ ਕਿਸੇ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਹੀ ਪੈਂਦਾ ਹੈ। ਜਦੋਂ ਇਹ ਵਧਣਾ ਸ਼ੁਰੂ ਹੁੰਦਾ ਹੈ ਤਾਂ ਡਾਕਟਰ PSA ਟੈਸਟ ਦੀ ਸਿਫਾਰਿਸ਼ ਕਰਦੇ ਨੇ। ਜਾਂਚ ਤੋਂ ਬਾਅਦ ਹੀ ਕੈਂਸਰ ਦਾ ਸ਼ੱਕ ਹੋਣ ਉੱਤੇ ਅਗਲੇ ਟੈਸਟ ਕੀਤੇ ਜਾਂਦੇ ਨੇ ਅਤੇ ਨਤੀਜਿਆਂ ਮੁਤਾਬਕ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਸ ਯਾਨੀ ਏਮਜ਼ ਦਿੱਲੀ ਦੇ ਸਰਜੀਕਲ ਓਨਕੋਲੋਜੀ ਵਿਭਾਗ ਦੇ ਪ੍ਰੋਫੈਸਰ ਰਹਿ ਚੁੱਕੇ ਡਾਕਟਰ SVS ਦੇਵ ਦਾ ਕਹਿਣਾ ਹੈ ਕਿ ਇਹ ਬਿਮਾਰੀ ਉਮਰ ਵਧਣ ਤੋਂ ਬਾਅਦ ਦਿਖਾਈ ਦਿੰਦੀ ਹੈ ਅਤੇ ਇਹ ਕੈਂਸਰ ਸਰੀਰ ਵਿੱਚ ਹੌਲੀ ਹੌਲੀ ਵੱਧਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਭਾਰਤ ਵਿੱਚ ਮਾਮਲੇ ਘੱਟ ਸਾਹਮਣੇ ਆਉਂਦੇ ਸਨ ਕਿਉਂਕਿ ਔਸਤ ਘੱਟ ਉਮਰ ਯਾਨੀ 60 ਸਾਲ ਤੱਕ ਸੀ, ਪਰ ਹੁਣ ਇਹ ਵੱਧ ਗਈ ਹੈ। ਆਰਟੇਮਿਸ ਹਸਪਤਾਲ ਦੇ ਪਿਸ਼ਾਬ ਰੋਗ ਵਿਗਿਆਨ ਯਾਨੀ ਯੂਰੋਲੋਜੀ ਵਿਭਾਗ ਦੇ ਮੁਖੀ ਡਾਕਟਰ ਵਿਕਰਮ ਬਰੂਆ ਕੌਸ਼ਿਕ ਦਾ ਕਹਿਣਾ ਹੈ ਕਿ ਜਿਵੇਂ ਜਿਵੇਂ ਲੋਕਾਂ ਦੀ ਔਸਤ ਉਮਰ ਵੱਧਦੀ ਗਈ, ਗਦੂਦਾਂ ਦੇ ਕੈਂਸਰ ਦੇ ਕੇਸ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ, ਪਰ ਕੇਸਾਂ ਦੀ ਗਿਣਤੀ ਜਿੰਨੀ ਮਿਲਦੀ ਹੈ ਉਸ ਤੋਂ ਵੱਧ ਹੋ ਸਕਦੀ ਹੈ। ਡਾਕਟਰ SVS ਦੇਵ ਦਾ ਕਹਿਣਾ ਹੈ ਕਿ ਕੈਂਸਰ ਡੇਟਾ ਕੈਂਸਰ ਰਜਿਸਟਰੀ ਤੋਂ ਆਉਂਦਾ ਹੈ ਅਤੇ ਹਰ ਹਸਪਤਾਲ ਤੋਂ ਨਹੀਂ ਲਿਆ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਪ੍ਰੋਸਟੇਟ ਕੈਂਸਰ ਦੇ ਮੌਜੂਦਾ ਕੇਸ ਬਹੁਤ ਜ਼ਿਆਦਾ ਹੋ ਸਕਦੇ ਨੇ। ਹਾਲਾਂਕਿ ਇਸ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਦਾ ਅੰਦਾਜ਼ਾ ਲਗਾਉਣਾ ਚੁਣੌਤੀਪੂਰਨ ਹੈ ਕਿਉਂਕਿ ਇਸ ਕਾਰਨ ਹੋਈਆਂ ਮੌਤਾਂ ਰਿਪੋਰਟ ਘੱਟ ਹੀ ਹੁੰਦੀਆਂ ਨੇ। ਜੇਕਰ ਕਿਸੇ ਦੇ ਪਰਿਵਾਰ ਵਿੱਚ ਕੈਂਸਰ ਦਾ ਇਤਿਹਾਸ ਹੈ ਤਾਂ ਡਾਕਟਰ ਟੈਸਟ ਕਰਵਾਉਣ ਦੀ ਸਲਾਹ ਦਿੰਦੇ ਨੇ। ਅਜਿਹੇ 'ਚ ਡਾਕਟਰ ਸਲਾਹ ਦਿੰਦੇ ਨੇ ਕਿ ਜੇਕਰ ਕਿਸੇ ਦੇ ਪਰਿਵਾਰ ਵਿੱਚ ਪ੍ਰੋਸਟੇਟ ਕੈਂਸਰ ਜਾਂ ਕੋਈ ਹੋਰ ਕੈਂਸਰ ਹੈ ਤਾਂ ਟੈਸਟ ਕਰਵਾਉਣਾ ਚਾਹੀਦਾ ਹੈ। ਫੋਰਟਿਸ ਹਸਪਤਾਲ ਦੇ ਯੂਰੋਲੋਜੀ ਰੋਬੋਟਿਕਸ ਅਤੇ ਰੈਨਲ ਟ੍ਰਾਂਸਪਲਾਂਟ ਵਿਭਾਗ ਦੇ ਡਾਇਰੈਕਟਰ ਡਾਕਟਰ ਪ੍ਰਦੀਪ ਬਾਂਸਲ ਕਹਿੰਦੇ ਨੇ ਕਿ ਇਸ ਦੇ ਨਾਲ ਹੀ ਸ਼ਾਕਾਹਾਰੀ ਲੋਕਾਂ ਦੇ ਮੁਕਾਬਲੇ ਮਾਸਾਹਾਰੀ ਲੋਕਾਂ ਵਿੱਚ ਇਸ ਕੈਂਸਰ ਦਾ ਖਤਰਾ ਜ਼ਿਆਦਾ ਹੋ ਸਕਦਾ ਹੈ। ਉਹ ਇਸ ਗੱਲ 'ਤੇ ਜ਼ੋਰ ਦਿੰਦੇ ਨੇ ਕਿ ਇਸਦਾ ਮਤਲਬ ਇਹ ਵੀ ਨਹੀਂ ਹੈ ਕਿ ਸ਼ਾਕਾਹਾਰੀ ਲੋਕਾਂ ਨੂੰ ਇਹ ਨਹੀਂ ਹੋਵੇਗਾ। ਡਾਕਟਰਾਂ ਅਨੁਸਾਰ ਇਸ ਦੇ ਲੱਛਣ ਸ਼ੁਰੂ ਵਿੱਚ ਨਜ਼ਰ ਨਹੀਂ ਆਉਂਦੇ, ਪਰ ਜੇਕਰ ਵਾਰ ਵਾਰ ਪਿਸ਼ਾਬ ਆਉਣਾ, ਰਾਤ ਨੂੰ ਪਿਸ਼ਾਬ ਦਾ ਹੌਲੀ ਵਹਾਅ, ਪਿਸ਼ਾਬ ਦਾ ਨਿਕਲ ਜਾਣਾ ਅਤੇ ਪਿਸ਼ਾਬ ਵਿੱਚ ਖੂਨ ਆਉਣ ਦੀ ਸਮੱਸਿਆ ਹੋਵੇ ਤਾਂ PSA ਟੈਸਟ ਕੀਤਾ ਜਾਂਦਾ ਹੈ। ਜੇਕਰ ਕੈਂਸਰ ਦਾ ਪਤਾ ਲੱਗ ਜਾਂਦਾ ਹੈ ਅਤੇ ਇਹ ਫੈਲ ਚੁੱਕਿਆ ਹੋਵੇ ਤਾਂ ਇਹ ਕੈਂਸਰ ਹੱਡੀਆਂ ਵਿੱਚ ਵੀ ਚਲਾ ਜਾਂਦਾ ਹੈ, ਜਿਸ ਕਾਰਨ ਪਿੱਠ ਦਰਦ, ਹੱਡੀਆਂ ਦਾ ਟੁੱਟਣਾ, ਹੱਡੀਆਂ ਵਿੱਚ ਦਰਦ ਆਦਿ ਦੀਆਂ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਨੇ। ਡਾਕਟਰਾਂ ਦਾ ਕਹਿਣਾ ਹੈ ਕਿ ਖੂਨ ਦੀ ਜਾਂਚ ਰਾਹੀਂ ਗਦੂਦਾਂ ਦੇ ਕੈਂਸਰ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਇਹ ਸਹੂਲਤ ਜ਼ਿਆਦਾਤਰ ਲੈਬਸ ਵਿੱਚ ਮੌਜੂਦ ਹੈ।
ਜੇਕਰ ਪ੍ਰੋਸਟੇਟ ਵਧਿਆ ਹੋਇਆ ਹੋਵੇ ਤਾਂ ਇਮੇਜਿੰਗ ਅਲਟਰਾਸਾਊਂਡ ਅਤੇ MRI ਵੀ ਹੁੰਦੀ ਹੈ। ਡਾਕਟਰ SVS ਦੱਸਦੇ ਨੇ ਕਿ ਸ਼ੁਰੂਆਤੀ ਪੜਾਅ ਵਿੱਚ ਮਰੀਜ਼ ਦੀ ਰੋਬੋਟਿਕ ਸਰਜਰੀ ਕੀਤੀ ਜਾਂਦੀ ਹੈ ਅਤੇ ਉਸ ਹਿੱਸੇ ਨੂੰ ਹਟਾ ਦਿੱਤਾ ਜਾਂਦਾ ਹੈ, ਪਰ ਜੇਕਰ ਇਹ ਵਧਿਆ ਹੋਇਆ ਹੋਵੇ ਤਾਂ ਹਾਰਮੋਨ ਥੈਰੇਪੀ ਦਿੱਤੀ ਜਾਂਦੀ ਹੈ ਅਤੇ ਫਿਰ ਮਰੀਜ਼ ਦੀ ਹਾਲਤ ਦੇਖ ਕੇ ਹੀ ਇਲਾਜ ਕੀਤਾ ਜਾਂਦਾ ਹੈ। ਉਹ ਕਹਿੰਦੇ ਨੇ ਕਿ ਪ੍ਰੋਸਟੇਟ ਕੈਂਸਰ ਦਾ ਮਰੀਜ਼ 5 ਤੋਂ 15 ਸਾਲ ਤੱਕ ਜੀ ਸਕਦਾ ਹੈ, ਕਿਉਂਕਿ ਇਹ ਇੱਕ ਅਜਿਹਾ ਕੈਂਸਰ ਹੈ ਜਿਸ ਦਾ ਇਲਾਜ ਕੀਤਾ ਜਾ ਸਕਦਾ ਹੈ। ਹਾਲਾਂਕਿ ਜੇਕਰ ਇਹ ਹੱਡੀਆਂ ਤੱਕ ਫੈਲ ਜਾਵੇ ਤਾਂ ਮੁਸ਼ਕਿਲ ਹੁੰਦੀ ਹੈ ਅਤੇ ਇਸ ਦਾ ਇਲਾਜ ਵੀ ਵੱਖਰਾ ਹੁੰਦਾ ਹੈ।